पटियाला पुलिस द्वारा दो व्यक्तियों को नशीले पदार्थ के सहित पकड़ा। पटियाला पुलिस द्वारा नशे के खिलाफ चलाई मुहिम के तहत आज डिवीजन नंबर 4 पुलिस द्वारा दो व्यक्तियों से स्मैक बरामद की गई है। इस बारे में जानकारी देते हुए थाना इंचार्ज अजीत कौर का कहना है कि दोनों व्यक्ति पटियाला के रहने वाले हैं। एक 40 ग्राम दूसरे व्यक्ति से 3 ग्राम स्मैक बरामद हुई है। इन पर मामला दर्ज कर लिया गया है। अजीत कौर का कहना है कि दोनों व्यक्ति नशे के आदि हैं। पटियाला से केशव कुमार की रिपोर्ट, लाइव भारत। असि दो मुकदमे दर्ज किए हैं तो दोनों मुकदमे वक् वक् बंद जिले के मुकदमा दर्ज हो एक तो मुकदमा नंबर 20 दर्ज हो इस तो असी 40 ग्राम स्मैक बरामद की जिद नाम है अमृत कुमार सन ऑफ प्रिंसपाल सिंह यह हैगा पुराना बिशन नगर तो मैंने मतलब कि फड़िया वीर जी दड़िया तो बरामद किया है तो दूसरा फड़िया जिसे मुकदमा नंबर 21 है यद नाम है रुपिंदर सिंह सन ऑफ गजन सिंह ये तो 30 ग्राम स्मैक बरामद ਕੀ ਖਾਂਦੇ ਸੀ ਕਿ ਵੇਚਦੇ ਸੀ ਇਹ ਇਹ ਖਾਂਦੇ ਵੀ ਸੀ ਤੇ ਵੇਚਦੇ ਵੀ ਸੀ ਇਸ ਤੋਂ ਪਹਿਲਾਂ ਵੀ ਕੋਈ ਕ੍ਰਾਈਮ ਸੀਗਾ ਇਹਨਾਂ ਦੇ ਕੋਈ ਉੱਪਰ ਜਿਹੜਾ ਰੁਪਿੰਦਰ ਸਿੰਘ ਰਵੀ ਇਹ ਤੇ ਵੱਖ ਵੱਖ ਤਿੰਨ ਮੁਕੱਦਮੇ ਦਰਜ ਨੇ ਜਿਨ੍ਹਾਂ ਵਿੱਚ ਦੋ ਸ਼ਰਾਬ ਦੇ ਤੇ ਇੱਕ ਸਮੈਕ ਦਾ ਦਰਜ ਤੇ ਕਿੰਨੇ ਸਾਲ ਤੋਂ ਕਰ ਰਹੇ ਸੀਗੇ ਇਹ ਇਹ 2-3 ਸਾਲਾਂ ਤੋਂ ਚੱਲ ਰਿਹਾ ਕੋਈ ਰਿਮਾਂਡ ਵਗੈਰਾ ਉਹਦੀ ਕਿ ਇਹਨਾਂ ਦਾ ਅੱਗੇ ਰਿਮਾਂਡ 4 ਦਿਨਾਂ ਦਾ ਰਿਮਾਂਡ ਦੀ ਐਪਲੀਕੇਸ਼ਨ ਦਿੱਤੀ ਜਾਏਗੀ ਅੱਗੇ ਜੱਜ ਹੁਣ ਘਬਰਾਉਣ ਦੀ ਲੋੜ ਨਹੀਂ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਿਕ ਤਾਕਤ IBS ਸਪਰਮ ਕਾਊਂਟਿੰਗ ਮੈਨ ਪਾਵਰ ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਇਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੈਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ ਬਹੁਤ ਮਹੱਤਵ ਹੈ ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ ਜਿਹੜੇ ਔਲਾਦ ਪੈਦਾ ਨਹੀਂ ਕਰਦੇ ਉਹਨਾਂ ਨੂੰ ਸ਼ੁਕਰਾਣੂਆਂ ਦੀ ਕਮੀ ਨਹੀਂ ਮਿਲੋ ਰੋਜ਼ਾਨਾ 10-6 ਸਾਇਲ ਹੈਲਥ ਕੇਅਰ ਸੈਂਟਰ 100 ਫੁੱਟੀ ਰੋਡ ਅੰਮ੍ਰਿਤਸਰ ਸੰਡੇ ਛੁੱਟੀ